ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਦੇ ਵਿੱਚ PRTC ਬੱਸ ਡਿਪੂ ਦੇ ਕਰਮਚਾਰੀਆਂ ਵੱਲੋਂ ਪਾਣੀ ਵਾਲੇ ਟੈਂਕੀ ਉੱਪਰ ਚੜ੍ਹ ਕੇ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਕਿਹਾ ਹੈ ਕਿ ਵੱਡੇ ਅਧਿਕਾਰੀ ਆਪਣੀ ਮਨਮਾਨੀ ਕਰਦੇ ਨੇ ਅਤੇ ਸਾਡੀ ਕੋਈ ਵੀ ਗੱਲ ਨਹੀਂ ਸੁਣਦੇ। ਉਹਨਾਂ ਇਹ ਵੀ ਕਿਹਾ ਹੈ ਕਿ ਅਸੀਂ ਬੱਸ ਸਟੈਂਡ ਨੂੰ ਤਾਲਾ ਲਗਾ ਰਹੇ ਹਾਂ, ਉਹਨਾਂ ਨੇ ਬੱਸ ਸਟੈਂਡ ਨੂੰ ਤਾਲਾ ਲਗਾਇਆ ਅਤੇ ਉਸ ਤੋਂ ਬਾਅਦ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਿਆ। ਬੁਢਲਾਡਾ ਡਿਪੂ ਵਿੱਚ 2 ਕੰਡਕਟਰ ਸੇਵਾ ਨਿਭਾ ਰਹੇ ਹਾਂ। ਸਾਡੇ ਡਿਪੂ ਦਾ ਮਸਲਾ, ਜੋ ਕਿ ਮਸਲਾ ਨਹੀਂ ਗਾ, ਮਸਲਾ ਬਣਾ ਦਿੱਤਾ ਗਿਆ ਮੈਨੇਜਮੈਂਟ ਵੱਲੋਂ, ਮੈਨੇਜਮੈਂਟ ਦੀਆਂ ਨਾਕਾਮੀਆਂ ਕਰਕੇ ਸਾਨੂੰ ਅੱਜ ਇਸ ਦਰੀ 'ਤੇ ਆਉਣਾ ਪਿਆ। ਸਾਡੇ ਜੋ ਕਿ ਡਿਊਟੀ ਕਰਦੇ ਡਰਾਈਵਰ ਸਾਹਿਬ, ਉਹਨਾਂ ਤੋਂ ਲੰਬੇ ਸਮੇਂ ਤੋਂ ਡਿਊਟੀ ਕਰਦੇ ਸੀ, ਜੋ ਕਿ ਗੱਡੀ ਖੋ ਕੇ ਡਿਊਟੀ, ਕੋਈ ਕੁਤਾਹੀ ਨਾ ਹੋਣ ਦੇ ਬਾਵਜੂਦ ਵੀ ਗੱਡੀ ਉਹਨਾਂ ਤੋਂ ਖੋ ਕੇ ਦੂਜੇ ਜਥੇਬੰਦੀ ਦੇ ਮੈਂਬਰ ਨੂੰ ਦੇ ਦਿੱਤੀ ਗਈ ਹੈ। ਇਸ ਰੋਸ ਵਜੋਂ ਅਸੀਂ ਉਸ ਭਰਾ ਦੇ ਨਾਲ ਖੜੇ ਹਾਂ, ਤਾਂ ਜੋ ਅੱਗੇ ਤੋਂ ਹੋਰ ਕਿਸੇ ਨਾਲ ਇਸ ਤਰ੍ਹਾਂ ਦਾ ਮੈਨੇਜਮੈਂਟ ਧੱਕਾ ਨਾ ਕਰੇ। ਬਾਕੀ ਮੈਨੇਜਮੈਂਟ ਬਹੁਤ, ਮੈਨੇਜਮੈਂਟ ਵਿੱਚ ਬਹੁਤ ਵੱਡੇ ਕਪੜੇਬਾਜ਼ੀ ਹੋ ਰਹੀ ਹੈ ਟਾਈਮ ਟੇਬਲਾਂ ਦੀ, ਡੀਜ਼ਲ ਦੀ ਚੋਰੀ ਵਾਲੇ ਦੇ ਅੰਦਰ ਬੈਠੇ ਆ, ਡਿਊਟੀਆਂ ਕਰੀ ਜਾਂਦੇ ਆ। ਜਿਹੜਾ ਕੋਈ ਡਿਊਟੀ ਕਰਦਾ ਸਹੀ, ਉਹਨੂੰ ਗੱਡੀਆਂ ਖੋ ਕੇ ਦੂਜੇ ਜਥੇਬੰਦੀ ਦੇ ਆਪਸੀ ਲੜਾਇਆ ਜਾ ਰਿਹਾ। ਇਸ ਕਰਕੇ ਮੈਨੇਜਮੈਂਟ ਇਹ ਜਿਹੜਾ ਰਵੱਈਆ ਆਪਦਾ ਇਹ ਚੇਂਜ ਕਰੇ, ਤਾਂ ਜੋ ਸਾਨੂੰ ਆ ਦਰੀਆਂ 'ਤੇ ਮਜਬੂਰ ਨਾ ਆਉਣਾ ਪਵੇ, ਸਾਡੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ। ਇੱਕ ਸਾਥੀ ਸਾਡਾ ਜਿਹਦੀ ਗੱਡੀ ਖੋਈ ਗਈ ਹੈ, ਅੱਜ ਇਸ ਰੋਸ ਵਜੋਂ ਤੰਗ ਆ ਕੇ ਉਹ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਹਾਂ ਕਿ ਉਹ ਟੈਂਕੀ ਦੇ ਉੱਪਰ ਆਪਦੀ ਜਾਨ ਨੂੰ ਜੋਖਮ 'ਚ ਪਾ ਕੇ ਬੈਠਾ ਹੈ। ਸੋ ਪਰਮਾਤਮਾ ਨਾ ਕਰੇ ਕੋਈ ਐਸਾ ਭੈਣਾ ਵਾਪਰੇ। ਸੋ ਮੈਨੇਜਮੈਂਟ ਨੂੰ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਆ, ਸਾਡੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ, ਇਹਨੂੰ ਲੰਬਾ ਨਾ ਖਿੱਚਿਆ ਜਾਵੇ। ਅਜੇ ਤੱਕ ਸਾਡੇ ਨਾਲ ਮੈਨੇਜਮੈਂਟ ਦਾ ਕੋਈ ਵੀ ਅਧਿਕਾਰੀ ਆ ਕੇ ਸਾਡੀ ਕਿਸੇ ਨੇ ਸਾਰ ਨਹੀਂ ਲਈ। ਸਾਡਾ ਹੋਰ ਡਿਪੂਆਂ ਦੇ ਨਾਲ ਵੀ ਰਾਬਤਾ ਕਾਇਮ ਹੈ, ਅਗਰ ਸਾਡਾ ਹੱਲ ਨਾ ਹੋਇਆ ਇਸ ਡਿਪੂ ਦੀ ਤਰ੍ਹਾਂ, ਸਾਡੇ ਹੋਰ ਡਿਪੂਆਂ ਵਿੱਚ ਵੀ ਅਸੀਂ ਡਿਪੂ ਦੇ ਗੇਟ ਬੰਦ ਕਰਕੇ ਚੱਕਾ ਜਾਮ ਕਰਾਂਗੇ, ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਬਾਕੀ ਸਾਡੇ ਪ੍ਰੋਗਰਾਮ ਜਿਹੜੇ ਗੁਪਤਾ ਮੌਕੇ ਦੇ, ਅਸੀਂ ਆਪਣੇ ਇੱਕ PRTC ਵਿੱਚ ਡਰਾਈਵਰ ਹੈ ਮੁੰਡਾ ਨੈਬ ਸਿੰਘ, ਉਹਦੀ ਗੱਡੀ ਚੱਲਦੇ ਦੌਰਾਨ ਡਿਊਟੀ ਦੌਰਾਨ ਹੀ ਗੱਡੀ ਖੋ ਗਈ, ਅਸੀਂ ਹੋਰ ਜਥੇਬੰਦੀ ਦੇ ਮੁਤਾਬਕ ਕਰਕੇ ਸਾਨੂੰ ਕੰਢ ਦਿੱਤਾ, ਉਹ ਦੇ ਦਿੱਤੀ ਗਈ ਹੈ। ਅਸੀਂ ਉਹਦੇ ਖਿਲਾਫ ਇਹ ਮਜਾਲਾ ਕੀਤਾ ਸ਼ੁਰੂ ਅੱਜ। ਹਾਂਜੀ, ਇੱਕ ਮਾਮਲਾ ਸਾਹਮਣੇ ਆਇਆ ਕਿ ਜਿਹੜਾ ਇੱਥੇ ਟਾਈਮ ਟੇਬਲਾਂ ਦਾ ਮਾਮਲਾ ਵੀ ਚੱਲ ਰਿਹਾ, ਉਹ ਵੀ ਮੈਨੇਜਮੈਂਟ ਧਿਆਨ 'ਚ ਸਾਰਾ ਕੁਝ ਜੀ, ਪਰ ਉਹਦੇ ਹੱਲ ਤੱਕ ਅਫਸੋਸ ਆ, ਕਾਰਵਾਈ ਕੋਈ ਹੋਈ ਨਹੀਂ, ਅਸੀਂ ਉਹਦੀ ਵੀ ਮੰਗ ਕਰਦੇ ਹਾਂ ਵੀ ਉਹਦੀ ਕਾਰਵਾਈ ਹੋਣੀ ਚਾਹੀਦੀ ਹੈ। ਹਾਂਜੀ, ਇਹ ਜਿਹੜਾ ਤੁਹਾਡਾ ਜਿਹੜਾ ਧਰਨਾ ਕਿੰਨਾ ਸਮਾਂ ਚੱਲਦਾ ਰਹੇਗਾ? ਜਿਹੜਾ ਸਾਡੇ ਮੰਗਾਂ ਦਾ ਪੂਰਾ ਹੱਲ ਨਹੀਂ ਹੁੰਦਾ ਸੀ, ਉਹ ਇੱਥੇ ਬੈਠੇ ਰਹਾਂਗੇ, ਧਰਨਾ ਮੁਜ਼ਾਹਰਾ ਕਰਦੇ ਰਹਾਂਗੇ, ਅੱਗੇ ਵੀ ਤਿੱਖਾ ਸੰਘਰਸ਼ ਦਾ ਅਸੀਂ ਪ੍ਰੋਗਰਾਮ ਲੀਕ ਰਹੇ ਹਾਂ ਜੀ। ਤੁਹਾਡੇ ਉੱਚ ਅਧਿਕਾਰੀ ਨਾਲ ਕੋਈ ਗੱਲਬਾਤ? ਸਾਡੀ ਨਾਲ ਕੋਈ ਗੱਲਬਾਤ ਨਹੀਂ ਹੋਈ ਜੀ। ਸਰ ਜੀ, ਇੱਕ ਯੂਨੀਅਨ ਵੱਲੋਂ ਗੇਟ ਬੰਦ ਕਰਕੇ PRTC ਦਾ ਇੱਥੇ ਧਰਨਾ ਦਿੱਤਾ, ਕੀ ਮੈਟਰ ਹੈ ਜੀ ਇਹ? ਜੀ ਇਹਨਾਂ ਦਾ ਨਾ ਆਪਸੀ ਮੈਟਰ ਹੈ ਦੋਨੇ ਜਥੇਬੰਦੀ ਦਾ, 25/11 ਵਾਲਾ ਅਤੇ ਆਜ਼ਾਦ ਵਾਲਿਆਂ ਦਾ ਜੀ। ਇਹ ਕਹਿੰਦੇ ਵੀ ਸਾਡੇ ਬੰਦੇ ਉੱਥੇ, ਸਾਡੇ ਬੰਦੇ ਨੂੰ ਗੱਡੀ ਅਲਾਟਮੈਂਟ ਹੋਣੀ ਚਾਹੀਦੀ, ਉਹ ਕਹਿੰਦੇ ਸਾਡੇ ਬੰਦੇ ਨੂੰ ਗੱਡੀ ਅਲਾਟਮੈਂਟ ਹੋਣੀ ਚਾਹੀਦੀ। ਅਤੇ ਸਰ ਫਿਰ ਤੁਹਾਡੇ ਵੱਲੋਂ ਕੋਈ ਐਕਸ਼ਨ ਲਿਆ ਜਾਂਦਾ ਜੀ? ਅਸੀਂ ਲਿਆ ਜੀ, ਹੁਣ ਐਕਸ਼ਨ ਹੁਣ ਕਰਦੇ ਹਾਂ ਜੀ, ਮਸਲਾ ਹਰ ਨਾਲ ਹੀ ਹੋਵੇਗਾ, ਦੋਨੇ ਧਿਰਾਂ ਨੂੰ ਕਰਾਉਂਦੇ ਹਾਂ ਜੀ। ਠੀਕ ਹੈ ਜੀ, ਕਰਦੇ ਹਾਂ ਸ਼ੋਪਰ ਦੇ ਇਹਦੇ ਨਾਲ ਜੀ। ਇਹਨਾਂ ਦਾ ਤਾਂ ਚਲੋ ਹੈਗਾ ਕੋਈ ਮਸਲਾ, ਸਵਾਰੀਆਂ ਜ਼ਰੂਰ ਖੱਜਰ ਖੁਆਰ ਹੋ ਰਹੀ ਹੋਣੀ, ਇਹ ਤਾਂ ਹੈ ਜੀ, ਤਾਂ ਪਰੇਸ਼ਾਨੀ ਤਾਂ ਹੁੰਦੀ ਹੈ, ਆਮ ਜਨਤਾ ਨੂੰ ਤਾਂ ਹੈਗੀ ਪਰੇਸ਼ਾਨੀ। ਕਦੋਂ ਕੁ ਹੋਣ ਦੀ ਸੰਭਾਵਨਾ ਜੀ? ਬਸ ਆ ਛੇਤੀ ਤੁਹਾਡੇ ਸਾਹਮਣੇ ਖੜ੍ਹੇ ਜੀ, ਕਰਦੇ ਹਾਂ ਜੀ।